ਯੋ 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 ਹੈਲੋ ਨਮਸਤੇ ਆਦਾਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਟੇਲਰ ਦੇ ਵਿੱਚ। ਮੇਰਾ ਨਾਮ ਹੈ ਟੋਨੀ ਸਿੱਧੂ, ਵੈਸੇ ਤੁਸੀਂ ਸਾਰੇ ਜਾਣਦੇ ਹੋ ਜੀ। ਅੱਜ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਹਣੀ ਅਤੇ ਇੰਟਰਸਟਿੰਗ ਜੀ ਵੀਡੀਓ, ਜਿਹਦੇ ਵਿੱਚ ਤੁਹਾਨੂੰ ਦੱਸਾਂਗੇ ਆਪਾਂ 3.5 ਮੀਟਰ ਕੱਪੜੇ ਦੇ ਵਿੱਚ ਪੂਰੇ ਸੂਟ ਦੀ ਆਪਾਂ ਕਿਵੇਂ ਕਟਿੰਗ ਕਰ ਸਕਦੇ ਹਾਂ। ਅਤੇ ਆਪਣੇ ਦੂਸਰੇ ਚੈਨਲ ਦਾ ਲਿੰਕ ਨੀਚੇ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਜੀ, ਉਹ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ, ਜਿਵੇਂ ਇਹ 'ਤੇ ਆਪਾਂ ਵੀਕਲੀ ਪਾਉਂਦੇ ਵੀਡੀਓ। ਅਤੇ ਵਿੱਚ ਹੁਣ ਚਾਹ ਰੱਖਣ ਵਾਲਾ ਚਾਹ ਰੱਖਣ ਆ ਗਿਆ ਸੀ, ਤਾਂ ਕਰਕੇ ਵੀਡੀਓ ਨੂੰ ਕੱਟ ਮਾਰਤਾ। 3 ਜਣੇ ਮੇਰੇ ਕੋਲ ਬੈਠੇ ਆ, ਅਤੇ ਤੁਹਾਨੂੰ ਦੱਸਿਆ ਦੂਸਰੇ ਚੈਨਲ ਦਾ ਲਿੰਕ ਜਿਹੜਾ ਥੱਲੇ ਡਿਸਕ੍ਰਿਪਸ਼ਨ 'ਚ ਹੈਗਾ ਜੀ। ਅਤੇ ਆਹ ਜਿਹੜਾ ਅੰਗੂਠਾ ਹੁੰਦਾ ਇਹ ਸਿਰਫ ਚੁੰਗਣ ਨੂੰ ਨਹੀਂ ਹੁੰਦਾ, ਇਹਦੇ ਨਾਲ ਵੀਡੀਓ ਲਾਈਕ ਲੂਇਕ ਵੀ ਕਰ ਦਿਆ ਕਰੋ। ਚਲੋ ਠੀਕ ਹੈ, ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ। ਅਤੇ ਦੱਬ ਕੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ, ਪਿਆਰ ਬਣਾਈ ਰੱਖਿਓ, ਤੁਹਾਡੇ ਪਿਆਰ ਕਰਕੇ ਆਪਾਂ ਵੀਡੀਓ, ਸਾਡਾ ਵੀ ਜੀ ਕਰਦਾ ਤੁਹਾਡੇ ਲਈ ਸੋਹਣੀ ਸੋਹਣੀ ਵੀਡੀਓ ਲੈ ਕੇ ਆਉਂਦੇ ਰਹੀਏ। ਚਲੋ ਦੂਸਰਾ ਚੈਨਲ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਹੈਲੋ ਜੀ, ਅੱਜ ਤੁਹਾਨੂੰ ਦੱਸਾਂਗੇ ਜੀ ਆਪਾਂ ਜਿਹੜਾ 3 ਮੀਟਰ ਪੀਸ ਦੇ 3.5 ਮੀਟਰ ਜਿਹੜਾ ਵੱਡੇ ਵਰਦਾ ਹੁੰਦਾ, ਉਹਦੇ ਵਿੱਚ ਆਪਾਂ ਪੂਰੇ ਸੂਟ ਦੀ ਆਪਾਂ ਕਟਿੰਗ ਉਹ ਕਿਵੇਂ ਕਰਨੀ ਆ। ਜਿਹੜਾ ਨੋਰਮਲ ਜਿਹੜਾ ਆਪਣਾ ਪਣਾ ਹੁੰਦਾ ਜੀ, ਉਹ ਹੁੰਦਾ 44 ਇੰਚ ਪਣਾ। ਹਾਂ, ਇੱਧਰ ਵੀ ਕੰਨੀ ਆ, ਦੇਖੋ ਇੱਧਰ ਵੀ ਕੰਨੀ ਆ। ਅਤੇ ਇਹ ਜਿਹੜਾ ਪੀਸ ਹੈਗਾ ਆਪਣਾ ਜਿਹੜਾ 1.5 ਮੀਟਰ ਪਣੇ ਵਾਲਾ ਹੁੰਦਾ, ਉਹ ਪੀਸ ਹੈਗਾ ਜੀ। ਆ ਤੁਹਾਨੂੰ ਮਿਣ ਕੇ ਵਿਖਾਉਂਦਾ ਇੱਕ ਵਾਰੀ ਮੈਂ। ਆਹ ਦੇਖੋ, ਜਿਹੜਾ ਨੋਰਮਲ ਹੁੰਦਾ ਆਪਣਾ 22 ਇੰਚ ਹੁੰਦਾ ਜੀ, ਅਤੇ ਇਹ ਹੈਗਾ 30-31 ਇੰਚ ਵਾਲਾ, ਮਤਲਬ 60 ਇੰਚ ਦਾ ਪਣਾ ਹੋ ਗਿਆ, 1.5 ਮੀਟਰ ਪਣਾ। ਅਤੇ ਇਹਦੇ ਵਿੱਚ ਜਿਹੜਾ ਫੁੱਲ ਸੂਟ ਆਪਾਂ ਉਹ ਕਿਵੇਂ ਕੱਟਣਾ, ਉਹ ਤੁਹਾਨੂੰ ਅੱਜ ਮੈਂ ਦੱਸੂੰਗਾ ਪ੍ਰੋਪਰ ਤਰੀਕੇ ਦੇ ਨਾਲ ਆ ਵੀਡੀਓ ਦੇ ਵਿੱਚ। ਇਹਦੇ ਵਿੱਚ ਕਟਿੰਗ ਕਰਕੇ ਦਿਖਾਊਂਗਾ ਸਾਰਾ, ਪਰ ਇਹਦੇ ਵਿੱਚ ਪ੍ਰੋਪਰ ਕਟਿੰਗ ਜੇ ਤੁਸੀਂ ਵੇਖਣੀ ਹੋਊਗੀ ਤਾਂ ਉੱਪਰ ਆਈ ਬਟਨ ਦੇ ਵਿੱਚ ਨਾ ਲਿੰਕ ਦਿੱਤੇ ਹੋਏ ਹੋਣਗੇ, ਤੁਸੀਂ ਉਹਦੇ 'ਤੇ ਜਾ ਕੇ ਪ੍ਰੋਪਰ ਤਰੀਕੇ ਨਾਲ ਵੇਖ ਲਿਓ ਵੀ ਜਿਹੜੀ ਚੀਜ਼ ਦੀ ਕਟਿੰਗ ਤੁਸੀਂ ਸਿੱਖਣੀ ਆ ਉਹ ਆਪਾਂ ਕਿਵੇਂ ਕਰਨੀ ਆ। ਇਹਦੇ ਵਿੱਚ ਮੈਂ ਸਿਰਫ ਤੁਹਾਨੂੰ ਕਟਿੰਗ ਕਰਕੇ ਦਿਖਾਊਂਗਾ। ਆਹ ਦੇਖੋ, ਪੂਰਾ ਇੰਚ ਰੇਪ ਖੁੱਲ੍ਹਦਾ, 1.5 ਮੀਟਰ ਦਾ ਆਪਣਾ ਇੰਚ ਰੇਪ ਹੁੰਦਾ, ਅਤੇ 1.5 ਮੀਟਰ ਵਾਲਾ ਇਹ ਪਾਣਾ ਹੈਗਾ ਜੀ। ਅਤੇ ਜਿਹੜੇ ਜਿਹੜੇ ਨਵੇਂ ਆਪਣੇ ਚੈਨਲ 'ਤੇ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਪ੍ਰੈਸ ਕਰੋ, ਤਾਂ ਕਿ ਤੁਹਾਡੇ ਕੋਲ ਸਾਡੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ। ਸਭ ਤੋਂ ਪਹਿਲਾਂ ਆਪਾਂ ਸੂਟ ਦੇ ਵਿੱਚ ਕੀ ਕਰਾਂਗੇ ਜੀ, ਉਵੇਂ ਹੀ ਆਪਾਂ ਕੰਨੀ ਨਾਲ ਕੰਨੀ ਮੈਚ ਕਰਕੇ ਸਭ ਤੋਂ ਪਹਿਲਾਂ ਇਹਦੇ ਵਿੱਚ ਕਟਿੰਗ ਕਰਨੀ ਆ ਆਪਾਂ ਬਾਜੂ 'ਤੇ। ਪਰ ਬਾਜੂ ਕਟਿੰਗ ਕਰਨ ਤੋਂ ਪਹਿਲਾਂ ਤੁਸੀਂ ਇੱਕ ਚੀਜ਼ ਦਾ ਬਹੁਤ ਧਿਆਨ ਰੱਖਣਾ, ਜਿਹੜੀਆਂ ਇਹਦੇ ਵਿੱਚ ਬੂਟੀਆਂ ਹੁੰਦੀਆਂ ਉਹ ਤੁਸੀਂ ਸਭ ਤੋਂ ਪਹਿਲਾਂ ਚੈੱਕ ਕਰੋਗੇ ਵੀ ਕਿਹੜੇ ਫੁੱਲ ਕਿੱਧਰ ਚੱਲੇ ਆ। ਜਿਵੇਂ ਹੁਣ ਕਈ ਫੁੱਲ ਇੱਧਰ ਨੂੰ ਚੱਲੇ ਆ ਜੀ, ਜਿਵੇਂ ਕਈ ਫੁੱਲ ਵੇਖੋ ਸਾਈਡ 'ਤੇ ਇੱਧਰ ਚੱਲੇ ਆ ਅਤੇ ਕਈ ਫੁੱਲ ਚੱਲੇ ਆ ਦੂਸਰੀ ਸਾਈਡ 'ਤੇ, ਮਤਲਬ ਆਪਣੇ ਜਿਹੜੇ ਫੁੱਲ ਆ ਦੋਨਾਂ ਪਾਸੇ ਆ, ਆਪਾਂ ਇਹਨਾਂ ਵਿੱਚੋਂ ਕੋਈ ਵੀ ਫੁੱਲ ਇੱਕ ਪਾਸੇ ਰੱਖ ਕੇ ਕਟਿੰਗ ਕਰ ਲਵਾਂਗੇ, ਤਾਂ ਕਿ ਆਪਣੇ ਜਿਹੜੇ ਪੁੱਠੇ ਹੋਣ ਫੁੱਲ ਸਾਰੇ ਸੂਟ 'ਚ ਪੁੱਠੇ ਹੋਣ ਅਤੇ ਜਿਹੜੇ ਸਿੱਧੇ ਉਹ ਸਾਰੇ ਸੂਟ 'ਚ ਸਿੱਧੇ ਹੋਣ। ਸਭ ਤੋਂ ਪਹਿਲਾਂ ਆਪਾਂ ਕਟਿੰਗ ਕਰਨੀ ਆ ਜੀ ਬਾਜੂ ਦੀ, ਅਤੇ ਬਾਜੂ ਦੀ ਜਿਹੜੀ ਪ੍ਰੋਪਰ ਕਟਿੰਗ ਉਹ ਕਿਵੇਂ ਕਰਨੀ ਆ, ਉੱਪਰ ਆਈ ਬਟਨ ਦੇ ਵਿੱਚ ਉਹ ਲਿੰਕ ਦਿੱਤਾ ਹੋਇਆ, ਤੁਸੀਂ ਉਹ ਪ੍ਰੋਪਰ ਤਰੀਕੇ ਨਾਲ ਵੇਖ ਲਿਓ। ਬਸ ਮੈਂ ਇਹਦੇ ਵਿੱਚ ਤੁਹਾਨੂੰ ਸਿੰਪਲ ਕਟਿੰਗ ਕਰਕੇ ਦਿਖਾਊਂਗਾ ਵੀ ਇਹ ਸੂਟ ਦੇ ਵਿੱਚ ਪੂਰਾ ਪੀਸ ਆਪਾਂ ਕਿਵੇਂ ਕਟਿੰਗ ਕਰ ਸਕਦੇ ਹਾਂ, ਕਿਵੇਂ ਬਾਜੂ ਕਟਿੰਗ ਕਰ ਸਕਦੇ ਹਾਂ, ਕਿਵੇਂ ਜੈਂਪਰ ਦਾ ਪੱਲਾ ਕਟਿੰਗ ਕਰ ਸਕਦੇ ਹਾਂ, ਕਿਵੇਂ ਆਪਾਂ ਇਹਦੇ ਵਿੱਚੋਂ ਸਲਵਾਰ ਕੱਢ ਸਕਦੇ ਹਾਂ। ਜਿਵੇਂ ਆਪਣੀ ਸਲਵਾਰ ਦੀ ਬਾਜੂ ਦੀ ਲੈਂਥ ਹੈਗੀ ਆ 17 ਇੰਚ ਅਤੇ ਆਪਾਂ ਕਟਿੰਗ ਕਰਾਂਗੇ 19 ਇੰਚ ਦੀ, ਠੀਕ ਹੈ ਜੀ। ਮਤਲਬ ਜਿੰਨੀ ਵੀ ਤੁਹਾਡੀ ਬਾਜੂ ਦੀ ਲੈਂਥ ਹੋਊਗੀ ਤੁਸੀਂ ਉਸ ਹਿਸਾਬ ਨਾਲ ਇਹਦੀ ਕਟਿੰਗ ਕਰ ਲੈਣੀ ਆ 2 ਇੰਚ ਵਧਾ ਕੇ। ਤੁਹਾਡੀ ਮੂਰੀ ਹੋਊਗੀ ਮੋਢੇ ਤੋਂ ਲੈ ਕੇ, ਤੁਸੀਂ ਉਹਦੀ ਕਟਿੰਗ ਕਰ ਲਿਓ। ਫਿਰ ਜਿਹੜੀ ਇਹਦੀ ਬਾਜੂ ਦੀ ਕਟਿੰਗ ਕਰਨੀ ਆ, ਬਾਜੂ ਦੀ ਕਾਟ ਪਾਉਣੀ ਆ, ਉਹ ਕਾਟ ਪਾ ਲਿਓ ਉੱਪਰਲੇ 2 ਪੱਲਿਆਂ 'ਤੇ ਰੱਖ ਕੇ। ਜਿਵੇਂ 5 ਇੰਚ ਆਪਣੀ ਮੂਰੀ ਆ ਜੀ, ਅਤੇ ਆਪਾਂ 6.5-7 ਇੰਚ ਦੇ ਕਰੀਬ ਕੱਟ ਲੈਣਾ, ਮਤਲਬ ਜਿੰਨਾ ਵੀ ਤੁਸੀਂ ਆਪਦਾ ਰੱਖਣਾ ਮੂਰੀ ਰੱਖਣੀ ਆ 2 ਇੰਚ ਆਪਦਾ ਮਾਰਜਨ ਵੱਧ ਰੱਖ ਲਿਓ ਜੀ। ਅਤੇ 2 ਪੱਲੇ ਚੱਕ ਕੇ ਉੱਪਰਲੇ ਕੋਈ ਵੀ, ਚਾਹੇ ਉੱਪਰਲੇ ਪਾਸੇ ਕਾਟ ਪਾ ਲਿਓ 2 ਪੱਲਿਆਂ 'ਤੇ, ਚਾਹੇ ਥੱਲੇ ਪਾਸੇ ਪੱਲਿਆਂ 'ਤੇ ਕਾਟ ਪਾ ਲਿਓ। ਪਰ ਇਹਦੀ ਪ੍ਰੋਪਰ ਕਟਿੰਗ ਹੈ ਜਿਹੜੀ ਉੱਪਰ ਆਈ ਬਟਨ ਵਿੱਚ ਲਿੰਕ ਦਿੱਤਾ ਹੋਇਆ, ਤੁਸੀਂ ਉਹਦੇ 'ਤੇ ਜਾ ਕੇ ਵੇਖ ਲਿਓ, ਤੁਹਾਨੂੰ ਪਤਾ ਲੱਗ ਜੂਗਾ ਇਹਦੀ ਗਲਾਈ ਕਿੰਨੀ ਪਾਉਣੀ ਆ, ਕਿੰਨਾ ਮਾਰਜਨ ਰੱਖਣਾ, ਕਿਵੇਂ ਇਹਦੀ ਕਟਿੰਗ ਕਰਨੀ ਆ। ਇਹ ਆ ਬਾਜੂ ਆਪਣੀ ਕਟਿੰਗ ਹੋ ਗਈ, ਅਤੇ ਜਿਹੜਾ ਆਪਣਾ ਪੀਸ ਹੈਗਾ ਇਹਦੇ ਵਿੱਚ ਤੁਸੀਂ ਗਲੇ ਵੀ ਲਾ ਸਕਦੇ ਹੋ ਅਤੇ ਬੈਲਟ ਵਿੱਚ ਵੀ ਆਪਾਂ ਯੂਜ਼ ਕਰ ਸਕਦੇ ਹਾਂ, ਪਰ ਤੁਸੀਂ ਇਹ ਗਲਿਆਂ ਵਾਸਤੇ ਰੱਖ ਲਓ ਜ਼ਿਆਦਾ ਬੈਟਰ ਆ, ਬੈਲਟ ਆਪਾਂ ਅੱਗੇ ਕੱਢਾਂਗੇ। ਹੁਣ ਜਿਹੜਾ ਆਪਣਾ ਜੈਂਪਰ ਦਾ ਪੱਲਾ ਹੈਗਾ ਜੀ, ਜਿਹੜਾ ਆਪਣਾ 21 ਇੰਚ ਦਾ ਘੇਰਾ ਹੈਗਾ ਜੀ, ਅਤੇ ਇਹ ਪਣਾ ਜਿਹੜਾ ਆਪਣਾ ਹੈਗਾ 30 ਇੰਚ ਹੈਗਾ, ਅਤੇ ਇਹ ਆਪਣਾ ਅਗਲਾ ਪਿਛਲਾ ਪੱਲਾ ਆਪਣਾ ਵਰਸਰ 'ਚੋਂ ਹੀ ਨਿਕਲ ਜੂਗਾ ਜੀ। ਅਤੇ ਹੁਣ ਆਪਾਂ ਕੀ ਕਰਾਂਗੇ, ਸਿਰਫ ਆਪਣੇ ਕਮੀਜ਼ ਦੀ ਜਿਹੜੀ ਲੈਂਥ ਉਤਾਰਾਂਗੇ, ਮਤਲਬ ਜਿਵੇਂ 39 ਇੰਚ ਆਪਣੇ ਸ਼ਰਟ ਦੀ ਲੈਂਥ ਆ, 43-44 ਇੰਚ ਜਿਹੜਾ ਵਾਧੂ ਮਾਰਜਨ ਰੱਖ ਕੇ ਆਪਾਂ ਇਹਦੀ ਕਟਿੰਗ ਕਰ ਲਵਾਂਗੇ। ਅਤੇ ਜਿਹੜਾ 1.5 ਮੀਟਰ ਵਾਲਾ ਪਣੇ ਵਾਲਾ ਸੂਟ ਹੁੰਦਾ ਹੈ, ਕਦੇ ਵੀ ਕੈਂਚੀ ਨਾਲ ਨਾ ਕੱਟੇ ਦੂਰ ਤੱਕ, ਇਹਨੂੰ ਹਮੇਸ਼ਾ ਖਿੱਚ ਕੇ ਹੀ ਪਾੜਿਓ। ਖਿੱਚ ਕੇ ਪਾੜੋਗੇ ਤਾਂ ਕੱਪੜਾ ਬਿਲਕੁਲ ਸਿੱਧਾ ਜਾਊਗਾ, ਬਸ ਧਾਗੇ ਧੁੱਗੇ ਜ਼ਰੂਰ ਨਿਕਲੇ ਆਉਣਗੇ, ਥੋੜ੍ਹਾ ਦਿੱਕਤ ਆਊਗੀ, ਪਰ ਫਿਰ ਵੀ ਪੀਸ ਖਿੱਚ ਕੇ ਪਾੜਿਆ ਕਰੋ। ਹੁਣ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਸੈਂਟਰ ਵਿੱਚੋਂ ਜਿਹੜਾ ਕਟਿੰਗ ਕਰ ਲਿਓ, ਅਤੇ ਜਾਂ ਫਿਰ ਤੁਸੀਂ ਐਂ ਕਰੋ ਇਹਨੂੰ ਦੂਰਾ ਸਾਂਝਾ ਕਰਕੇ ਜਿੰਨਾ ਤੁਹਾਡਾ ਘੇਰਾ ਹੈਗਾ ਉਹਨੂੰ ਕਟਿੰਗ ਕਰ ਲਿਓ, ਅਤੇ ਜਿਹੜਾ ਇਹਦੀ ਸਾਂਝੀ ਪੱਟੀ ਹੋ ਗਈ ਉਹ ਕਿਤੇ ਨਾ ਕਿਤੇ ਆਪਣੇ ਗਾਂਹ ਕੰਮ ਆ ਜੂਗੀ। ਇਹਨੂੰ ਇਸ ਤਰੀਕੇ ਨਾਲ ਤੁਸੀਂ ਫੋਲਡ ਕਰ ਲੈਣਾ,
ਕੱਪੜੇ ਨੂੰ ਉਵੇਂ ਜਿਵੇਂ ਆਪਾਂ ਸ਼ਰਟ ਕਟਿੰਗ ਕਰਨ ਵੇਲੇ ਘੇਰੇ ਵਾਲੇ ਪਾਸੇ ਫੋਲਡ ਕਰਦੇ ਹੋ, ਫੋਲਡ ਕਰ ਲਿਓ ਅਤੇ ਆ ਕੰਨੀ ਜਿਹੜੀ ਆਪਾਂ ਉਤਾਰ ਦੇਣੀ ਆ। ਕੰਨੀ ਮੈਂ ਵੈਸੇ ਹਰੇਕ ਵਾਰੀ ਕਹਿੰਦਾ ਨਾ ਉਤਾਰ ਲਿਆ ਕਰੋ, ਕਿਉਂਕਿ ਇਹ ਨਾ ਧੋਣ ਤੋਂ ਬਾਅਦ ਕਈ ਵਾਰੀ ਕੱਪੜਾ ਬਾਅਦ 'ਚ ਖਿੱਚ ਮਾਰਨ ਲੱਗ ਪੈਂਦਾ। ਜਿਵੇਂ ਤਾਂ ਹੁਣ ਸਾਡੇ ਵੀ 21 ਆਪਣਾ ਘੇਰਾ ਹੈਗਾ ਜੀ, ਆਪਾਂ 4-5 ਇੰਚ ਵਾਧੂ ਮਾਰਜਨ ਉਤਾਰ ਲਵਾਂਗੇ ਅਤੇ ਬਾਅਦ ਵਿੱਚ ਜਿਹੜਾ ਇੱਧਰਲਾ ਸਾਂਝਾ ਕੱਪੜਾ ਹੈਗਾ ਉਹ ਆਪਣੇ ਕਿਤੇ ਨਾ ਕਿਤੇ ਕੰਮ ਆ ਜੂਗਾ। ਅਤੇ ਹੁਣ ਇਹਨੂੰ ਉਵੇਂ ਜਿਵੇਂ ਆਪਾਂ ਜੈਂਪਰ ਦੇ ਪੱਲੇ ਵਿਛਾਉਂਦੇ ਹਾਂ ਜੀ, ਜੇ ਪ੍ਰੋਪਰ ਜੈਂਪਰ ਦੀ ਕਟਿੰਗ ਵੇਖਣੀ ਆ ਉਹਦਾ ਵੀ ਉੱਪਰ ਆਈ ਬਟਨ 'ਚ ਲਿੰਕ ਦਿੱਤਾ ਵਾ। ਹੁਣ ਆਹ ਫੁੱਲਾਂ ਦਾ ਰੁੱਖ ਯਾਦ ਨਾਲ ਵੇਖ ਲਓ ਵੀ ਜਿਹੜੇ ਪਾਸੇ ਇੱਕ ਪਾਸੇ ਦੇ ਫੁੱਲ ਚੱਲੇ ਆ ਉਹ ਆਪਾਂ ਇੱਕ ਪਾਸੇ ਰੱਖਣੇ ਆ, ਜਿਵੇਂ ਆ ਛੋਟੇ ਫੁੱਲ ਤਾਂ ਚੱਲੇ ਆ ਅਤੇ ਵੱਡੇ ਫੁੱਲ ਜਿਹੜੇ ਉਹ ਥੱਲੇ ਆਉਂਦੇ ਪਏ ਆ। ਆਹ ਦੇਖੋ ਫਿਰ ਆਪਾਂ ਉਸ ਹਿਸਾਬ ਨਾਲ ਇਹਨਾਂ ਨੂੰ ਰੱਖਾਂਗੇ ਵੀ ਮਤਲਬ ਜਿਹੜੇ ਫਰੰਟ 'ਤੇ ਵੀ ਜੇ ਮੰਨ ਲਓ ਛੋਟੇ ਫੁੱਲ ਤਾਂ ਚੱਲੇ ਆ ਤਾਂ ਬੈਕ 'ਤੇ ਵੀ ਆਪਣੇ ਛੋਟੇ ਫੁੱਲ ਤਾਂ ਜਾਣੇ ਚਾਹੀਦੇ ਆ। ਅਗਲੇ ਪਿਛਲੇ ਪੱਲੇ ਨੂੰ ਸੇਮ ਉਸੇ ਤਰੀਕੇ ਨਾਲ ਹੀ ਫਿਰ ਆਪਾਂ ਵਿਛਾ ਲਾਂਗੇ। ਸੇਮ ਇਸੇ ਤਰੀਕੇ ਨਾਲ ਹੀ ਜਿਹੜਾ ਉੱਪਰ ਇੱਕ ਫਰੰਟ ਪੱਲਾ ਜਾਂ ਬੈਕ ਪੱਲਾ ਤੁਸੀਂ ਜਿਹੜਾ ਵੀ ਉਹ ਬਣਾਉਣਾ ਹੋਊਗਾ, ਮਤਲਬ ਫੁੱਲਾਂ ਦਾ ਰੁੱਖ ਧਿਆਨ ਨਾਲ ਵੇਖ ਕੇ ਦੂਸਰਾ ਪੱਲਾ ਵੀ ਇਹਦੇ ਉੱਪਰ ਸੇਮ ਇਸੇ ਤਰੀਕੇ ਨਾਲ ਹੀ ਆਪਾਂ ਸੈੱਟ ਕਰ ਲੈਣਾ ਵੀ ਜਿਹੜੇ ਪਾਸੇ ਫੁੱਲ ਛੋਟੇ ਚੱਲੇ ਉਸੇ ਪਾਸੇ ਛੋਟੇ ਰੱਖ ਦਿਓ, ਜਿਹੜੇ ਪਾਸੇ ਵੱਡੇ ਚੱਲੇ ਉਸ ਪਾਸੇ ਵੱਡੇ ਰੱਖ ਦਿਓ। ਫਿਰ ਇਹਦੀ ਪ੍ਰੋਪਰ ਤਰੀਕੇ ਨਾਲ ਆਪਾਂ ਕਟਿੰਗ ਕਰਾਂਗੇ, ਮਤਲਬ ਘੇਰੇ ਤੋਂ ਜਿਵੇਂ ਥੱਲੇ ਨਿਸ਼ਾਨ ਲੱਗਦਾ ਮਾਰਜਨ ਛੱਡ ਕੇ ਉਵੇਂ ਲਾਵਾਂਗੇ, ਉਦੂਗਾ ਆਪਾਂ ਲੈਂਥ ਦਾ ਨਿਸ਼ਾਨ ਲਾਵਾਂਗੇ, ਤੀਰਾ ਕਟਿੰਗ ਕਰਾਂਗੇ, ਆਰਮੋਲ ਕਟਿੰਗ ਕਰਾਂਗੇ, ਪਲੇਟਾਂ ਦੇ ਨਿਸ਼ਾਨ ਲਾਵਾਂਗੇ। ਇਸ ਤਰ੍ਹਾਂ ਕਰਕੇ ਆਪਣੀ ਲੰਬਾਈ ਦਾ ਨਾਪ ਲੈ ਲੈਣਾ ਤੁਸੀਂ, ਜਿਵੇਂ 39 ਇੰਚ ਲੈਂਥ ਆਪਾਂ 39.5 ਰੱਖਾਂਗੇ, ਤੀਰਾ ਜਿਵੇਂ ਇਹਦਾ 13 ਇੰਚ ਹੈਗਾ ਜੀ, 7 ਇੰਚ ਮੋਢਾ ਹੋ ਜੂਗਾ ਜੀ, ਠੀਕ ਹੈ। 15 ਤੋਂ ਆਪਾਂ ਚਾਕ ਰੱਖ ਦੇਣੇ ਆ, ਹਿੱਪ ਇਹਦੀ ਹੈਗੀ 20.5 ਅਤੇ ਪਲੇਟ ਇਹਦੀ ਜਿਵੇਂ ਹੈਗੀ 11 'ਤੇ ਆਪਾਂ 11.5 ਦਾ ਨਿਸ਼ਾਨ ਲਾ ਲਾਂਗੇ, ਅਤੇ 7 ਇੰਚ ਦੀ ਪਲੇਟ ਆਪਣੀ ਡੀਪ। ਅਤੇ ਜੇ ਕਿਸੇ ਨੂੰ ਪ੍ਰੋਪਰ ਕਟਿੰਗ ਇਹਦੀ ਵੇਖਣੀ ਹੈ ਸ਼ਰਟ ਦੀ ਕਟਿੰਗ, ਤਾਂ ਲਿੰਕ ਉੱਪਰ ਆਈ ਬਟਨ ਦੇ ਵਿੱਚ ਦਿੱਤਾ ਹੋਇਆ, ਉਹ 'ਚ ਪ੍ਰੋਪਰ ਤਰੀਕੇ ਨਾਲ ਸਲੋ ਸਲੋ ਕਰਕੇ ਸਾਰੀ ਚੀਜ਼ ਸਮਝਾਈ ਵੀ ਹੈ ਵੀ ਕਿਵੇਂ ਉਹਦੀ ਕਟਿੰਗ ਕਰਨੀ ਹੈ, ਕਿਵੇਂ ਆਰਮ ਹੋਲ ਲੈਣਾ ਆਪਾਂ, ਕਿਵੇਂ ਪਲੇਟਾਂ ਦੇ ਨਿਸ਼ਾਨ ਲਾਉਣੇ ਆ, ਸਾਰਾ ਕੁਝ ਉਹਦੇ ਵਿੱਚ ਦੱਸਿਆ ਹੋਇਆ। ਇਹ ਮੈਂ ਥੋੜ੍ਹਾ ਜਿਹਾ ਤਾਂ ਸਪੀਡ ਕੀਤੀ ਕਿਉਂਕਿ ਇਹਦੇ ਵਿੱਚ ਸਿਰਫ ਆਪਾਂ ਇਕੱਲਾ ਇਹੀ ਦੱਸਣਾ ਵੀ ਆਪਾਂ 3.5 ਮੀਟਰ ਦੇ ਵਿੱਚ ਪੂਰਾ ਸੂਟ ਆਪਾਂ ਕਿਵੇਂ ਕਟਿੰਗ ਕਰ ਸਕਦੇ ਹਾਂ। ਇਸ ਤਰੀਕੇ ਨਾਲ ਆਰਮ ਹੋਲ ਦੀ ਆਪਾਂ ਕਟਿੰਗ ਕਰ ਲੈਣੀ ਆ, ਅਤੇ ਇਸ ਤੋਂ ਬਾਅਦ ਆਪਾਂ ਕਟਿੰਗ ਕਰਨੀ ਆ ਜੀ ਸਲਵਾਰ ਦੀ, ਜਿਹੜਾ ਪਿੱਛੇ ਆਪਣੇ ਕੋਲ ਪੀਸ ਵੱਧ ਗਿਆ ਉਹ ਸਲਵਾਰ ਦੀ ਕਟਿੰਗ ਕਰਾਂਗੇ, ਅਤੇ ਆਪਣਾ ਸ਼ਰਟ ਹੈ ਪ੍ਰੋਪਰ ਕਟਿੰਗ ਹੋ ਗਿਆ, ਜਿਵੇਂ ਆਪਣੀ ਬਾਜੂ ਹੋ ਗਈ ਅਤੇ ਆਹ ਵਾਧੂ ਪੀਸ ਗਲਿਆਂ ਵਾਸਤੇ ਹੋ ਗਿਆ, ਆਹ ਸ਼ਰਟ ਦਾ ਪੀਸ ਆਪਣਾ ਕਟਿੰਗ ਹੋ ਚੁੱਕਿਆ ਜੀ। ਇਸ ਤੋਂ ਬਾਅਦ ਆ ਸਾਰੇ ਪੀਸ ਦੇ ਵਿੱਚੋਂ ਆਪਾਂ ਕਰਨੀ ਆ ਸਲਵਾਰ ਦੀ ਕਟਿੰਗ, ਆਹ ਪੀਸ ਨੂੰ ਆਪਾਂ ਸਿੰਪਲ ਉਸੇ ਤਰੀਕੇ ਨਾਲ ਹੀ ਫੋਲਡ ਕਰ ਲੈਣਾ ਡਬਲ ਕਰਕੇ, ਠੀਕ ਆ। ਇਹਨੂੰ ਡਬਲ ਕਰਕੇ ਇਹਨੂੰ ਹੋਰ ਡਬਲ ਕਰਾਂਗੇ ਆਪਾਂ, ਅਤੇ ਉਹਦੇ ਨਾਲੋਂ ਆਪਾਂ ਉਤਾਰਾਂਗੇ 14 ਇੰਚ ਦਾ ਪੀਸ ਕੰਨੀ ਵਾਲੇ ਪਾਸਿਓਂ ਹੀ। ਆਹ ਦੇਖੋ ਆਹ ਕੰਨੀ ਵਾਲੇ ਪਾਸਿਓਂ ਆਪਾਂ ਕੰਨੀ ਝਾੜ ਕੇ ਅਤੇ 14 ਇੰਚ ਦਾ ਪੀਸ ਇਹਦੇ ਨਾਲੋਂ ਆਪਾਂ ਕਟਿੰਗ ਕਰ ਲੈਣਾ। ਜੇ ਕਿਸੇ ਨੇ ਪ੍ਰੋਪਰ ਸਲਵਾਰ ਦੀ ਕਟਿੰਗ ਵੇਖਣੀ ਹੋਵੇ ਉੱਪਰ ਆਈ ਬਟਨ ਦੇ ਵਿੱਚ ਲਿੰਕ ਦਿੱਤਾ ਹੋਇਆ ਵੀ ਸਲਵਾਰ ਆਪਾਂ ਕਿਹੜੇ ਕਿਹੜੇ ਤਰੀਕੇ ਨਾਲ ਕਿਵੇਂ ਕਿਵੇਂ ਕੱਟ ਸਕਦੇ ਹਾਂ, ਇਹਦੇ ਵਿੱਚ ਮੈਂ ਸਿਰਫ ਤੁਹਾਨੂੰ ਇਹੀ ਦੱਸਣਾ ਵੀ 3.5 ਮੀਟਰ ਕੱਪੜੇ ਦੇ ਵਿੱਚ ਆਪਾਂ ਪੂਰੇ ਸੂਟ ਦੀ ਕਟਿੰਗ ਆਪਾਂ ਕਿਵੇਂ ਕਰ ਸਕਦੇ ਹਾਂ। ਅਤੇ ਜਿਹੜੇ ਜਿਹੜੇ ਸਾਡੇ ਚੈਨਲ 'ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕਨ ਪ੍ਰੈਸ ਕਰੋ ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਵੀਡੀਓ ਚੰਗੀ ਲੱਗੀ ਮਾੜੀ ਲੱਗੀ। ਜੇ ਤੁਹਾਨੂੰ ਮਾੜੀ ਲੱਗੂਗੀ ਕੋਈ ਕਮੀ ਲੱਗੂਗੀ ਤਾਂ ਅਸੀਂ ਗਾਂਹ ਨੂੰ ਆਪਦੇ ਵਿੱਚ ਸੁਧਾਰ ਲਿਆ ਸਕਾਂਗੇ, ਕਮੈਂਟ ਕਰਨਾ ਨਾ ਭੁੱਲਿਆ ਕਰੋ। ਬਸ ਇਸੇ ਤਰੀਕੇ ਨਾਲ ਹੀ ਜਿਵੇਂ ਆਪਾਂ ਉਹ ਕੱਟਿਆ ਜੀ, ਇਹਦੇ ਨਾਲ ਆਪਾਂ ਬੈਲਟ ਉਤਾਰ ਲੈਣੀ ਆ, ਅਤੇ ਜੇ ਆਪਣੇ ਕੋਲ ਮੰਨ ਲਓ ਇਹ ਪੀਸ ਘੱਟ ਆ ਤਾਂ ਆਪਾਂ ਦੂਸਰੇ ਲੋਟ ਵੀ ਬੈਲਟ ਦਾ ਪੀਸ ਉਤਾਰ ਸਕਦੇ ਹਾਂ, ਫਿਰ ਆਪਾਂ ਇਸ ਲੋਟ ਤੋਂ ਬੈਲਟ ਦਾ ਪੀਸ ਉਤਾਰ ਲਵਾਂਗੇ। ਹੁਣ ਸਿੰਪਲੀ ਆਪਾਂ ਫੋਲਡ ਕਰਾਂਗੇ ਉਸੇ ਤਰੀਕੇ ਨਾਲ ਹੀ, ਅਤੇ ਜਿਹੜਾ ਆਪਾਂ 7.5 ਇੰਚ ਦਾ ਕੱਪੜਾ ਉਤਾਰਾਂਗੇ ਜਿਹੜੀ ਆਪਾਂ ਬੈਲਟ ਪਾਉਣੀ ਆ, ਜਿੰਨੀ ਆਪਾਂ ਬੈਲਟ ਪਾਉਣੀ ਆ ਬੈਲਟ ਪੈਜੂ, ਫਿਰ ਉਸ ਤੋਂ ਬਾਅਦ ਇਹ ਪੀਸ ਨੂੰ ਉਵੇਂ ਨੋਰਮਲ ਚੱਕਾਂਗੇ ਅਤੇ ਇਹਨੂੰ ਡਬਲ ਫੋਲਡ ਕਰਕੇ ਡਬਲ ਕੁੰਦੇ ਦੀ ਸਲਵਾਰ ਕੱਟੀ ਜਾਊਗੀ। ਅਤੇ ਫੁੱਲਾਂ ਦੇ ਰੁੱਖ ਦਾ ਬਹੁਤ ਧਿਆਨ ਰੱਖਿਆ ਕਰੋ, ਜਿਹੜਾ ਫੁੱਲ ਉੱਪਰ ਜਾਂਦਾ ਉਹ ਫੁੱਲ ਉੱਪਰ ਕਰ ਦਿਆ ਕਰੋ, ਜਿਹੜੇ ਵੱਡੇ ਫੁੱਲ ਮੰਨ ਲਓ ਇੱਕ ਸਾਈਡ ਦੇ ਫੁੱਲ ਸਿਲੈਕਟ ਕਰ ਲਿਆ ਕਰੋ ਫਿਰ ਉਸੇ ਸਾਈਡ ਦੇ ਫੁੱਲ ਉੱਪਰ ਥੱਲੇ ਕਰ ਦਿਆ ਕਰੋ। ਅਤੇ ਬਸ ਇਸੇ ਤਰੀਕੇ ਨਾਲ ਜਿਹੜੀ ਆਪਣੀ ਸਲਵਾਰ ਦੀ ਕਟਿੰਗ ਹੋ ਜੂਗੀ, ਕੋਈ ਲੰਬਾ ਚੌੜਾ ਕੰਮ ਨਹੀਂ ਹੈਗਾ, ਪਰ ਜੇ ਕਿਸੇ ਨੂੰ ਕੋਈ ਚੀਜ਼ ਨਾ ਸਮਝ ਲੱਗੀ ਹੋਵੇ ਤਾਂ ਕਮੈਂਟ ਕਮੁੰਟ ਕਰਕੇ ਤੁਸੀਂ ਪੁੱਛ ਸਕਦੇ ਹੋ, ਕੋਸ਼ਿਸ਼ ਕਰੂੰਗਾ ਹਰ ਕਮੈਂਟ ਦਾ ਰਿਪਲਾਈ ਕਰੂੰਗਾ, ਪਰ ਕਈ ਵਾਰੀ ਜਿਨ੍ਹਾਂ ਦੇ ਕਮੈਂਟ ਦਾ ਰਿਪਲਾਈ ਨਹੀਂ ਕੀਤਾ ਜਾਂਦਾ ਉਹਨਾਂ ਤੋਂ ਐਡਵਾਂਸ ਵਿੱਚ ਹੀ ਸੋਰੀ ਮੰਗ ਲੈਂਦੇ ਹਾਂ। ਬਸ ਇਸ ਤਰੀਕੇ ਨਾਲ ਡਬਲ ਕਰਕੇ ਆਪਾਂ ਜੀ ਸਲਵਾਰ ਦੀ ਕਟਿੰਗ ਕਰ ਦਿਆਂਗੇ। ਅਤੇ ਵੀਡੀਓ ਮੈਂ ਥੋੜ੍ਹੀ ਜਿਹੀ ਫਾਸਟ ਕੀਤੀ ਹੋਈ ਹੈ ਕਿਉਂਕਿ ਨਹੀਂ ਤਾਂ ਵੀਡੀਓ ਛੋਟੇ ਜਿਹੇ ਕੰਮ ਵਾਸਤੇ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਣੀ ਸੀ ਅਤੇ ਲੋਕਾਂ ਨੇ ਕਹਿਣਾ ਸੀ ਐਵੇਂ ਵੀਡੀਓ ਨੂੰ ਲੰਬਾ ਖਿੱਚੀ ਜਾਂਦਾ, ਗੱਲਬਾਤ ਕੋਈ ਐਡੀ ਹੈ ਨਹੀਂ ਗੀ। ਇਸ ਤਰ੍ਹਾਂ ਕਰਕੇ ਪੀਸ ਨੂੰ ਵਿਛਾ ਲਿਓ ਅਤੇ ਆਸਣ ਦੀ ਕਟਿੰਗ ਹੋ ਜੂਗੀ।
ਤੇ ਜੇ ਸਲਵਾਰਾਂ ਦੀ ਪ੍ਰੋਪਰ ਕਟਿੰਗ ਵੇਖਣੀ ਹੈ ਮੈਂ ਫਿਰ ਤੁਹਾਨੂੰ ਦੱਸ ਰਿਹਾ, ਉੱਪਰ ਆਈ ਬਟਨ ਦੇ ਵਿੱਚ ਲਿੰਕ ਦਿੱਤੇ ਹੋਏ ਆ ਅਤੇ ਥੱਲੇ ਡਿਸਕ੍ਰਿਪਸ਼ਨ ਵਿੱਚ ਵੀ ਲਿੰਕ ਦਿੱਤੇ ਹੋਏ ਆ ਜੀ, ਬੂਟੀ ਵਾਲੀ ਸਲਵਾਰ ਕਿਵੇਂ ਕੱਟਣੀ ਆ ਜਾਂ ਕੋਈ 4 ਤਰੀਕੇ ਦੀ ਤੁਸੀਂ ਵੀ ਸਲਵਾਰਾਂ ਵੀ ਕਿਹੜੇ ਕਿਹੜੇ ਤਰੀਕੇ ਨਾਲ ਆਪਾਂ ਸਲਵਾਰਾਂ ਦੀ ਪ੍ਰੋਪਰ ਕਟਿੰਗ ਕਰਨੀ ਆ। ਅਤੇ ਆਹ ਹੁਣ ਵੇਖ ਲਓ ਆਪਣੇ ਪਹੁੰਚੇ ਹੋ ਗਏ ਜੀ, ਅਤੇ ਆਹ ਵੀ ਆਪਣਾ ਬੈਲਟ ਹੋ ਗਿਆ ਜੀ, ਅਤੇ ਆਪਣੇ ਕੁੰਦੇ ਕਟਿੰਗ ਹੋ ਗਏ, ਆਹ ਦੇਖੋ। ਅਤੇ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਵਿੱਚ ਬਹੁਤ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ ਕਿ ਆਪਾਂ 3.5 ਮੀਟਰ ਦੇ ਵਿੱਚ ਆਪਾਂ ਪ੍ਰੋਪਰ ਕਟਿੰਗ ਇਹਦੀ ਆਪਾਂ ਕਿਵੇਂ ਕਰਨੀ ਆ, ਕਿਵੇਂ ਨਹੀਂ ਕਰਨੀ। ਅਤੇ ਜੇ ਕਿਸੇ ਦੇ ਮਨ ਵਿੱਚ ਕੋਈ ਡਾਊਟ ਹੋਵੇ ਤਾਂ ਕਮੈਂਟ ਕਰਕੇ ਪੁੱਛ ਲਿਓ, ਬਸ ਇਹੀ ਕਹਿ ਸਕਦਾ ਜੀ। ਅਤੇ ਵੀਡੀਓ ਨੂੰ ਲਾਈਕ ਕਰਕੇ ਜਾਣਾ ਨਾ ਭੁੱਲਿਓ।